ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਪੰਜੀਰੀ ਦੀ ਰੈਸਪੀ, ਜੋ ਕਿ ਬੜੀ ਹੀ ਵੈਸੇ ਤਾਂ ਆਸਾਨ ਆ। ਬਸ ਇਹ ਹੈ ਕਿ ਸਮਾਨ ਸਾਨੂੰ ਥੋੜ੍ਹਾ ਉਹਦੇ ਲਈ ਚਾਹੀਦਾ ਵਾ, ਬਾਕੀ ਬਣਾਉਣ 'ਚ ਬਹੁਤ ਆਸਾਨ ਹੈ ਅਤੇ ਖਾਣ 'ਚ ਵੀ ਬਹੁਤ ਜ਼ਿਆਦਾ ਟੇਸਟੀ ਆ। ਅਤੇ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਕੀ ਕੀ ਪਾਉਣਾ। ਜਿਵੇਂ ਠੂਠੀਆਂ ਵਾ, ਅਤੇ ਚਾਰੇ ਗੂੰਦਾਂ ਵਾ, ਬਦਾਮ, ਕਾਜੂ, ਮਨੱਕੇ, ਸੌਗੇ, ਅਤੇ ਚਾਰੇ ਤਰ੍ਹਾਂ ਦੇ ਮਗਜ਼ ਆ, ਫੁੱਲ ਮਖਾਣੇ ਆ। ਇਸ ਤੋਂ ਇਲਾਵਾ ਨਾ ਇਹਦੇ ਵਿੱਚ ਕਮਰਕਸ ਵੀ ਪਾਈ ਦੀ ਆ, ਉਹ ਮੈਨੂੰ ਮੰਗਵਾਉਣ ਦਾ ਚੇਤਾ ਭੁੱਲ ਗਿਆ ਸੀ। ਤੁਸੀਂ ਜੱਚੇ ਬੱਚੇ ਵਾਲੇ ਜਾਂ ਵੈਸੇ ਵੀ ਤੁਸੀਂ ਖਾਣ ਲਈ ਪੰਜੀਰੀ ਬਣਾਉਣੀ ਆ ਤਾਂ ਕਮਰਕਸ ਵਿੱਚ ਪਾ ਲਓ, ਉਹਦੇ ਨਾਲ ਜਿਹੜਾ ਵਾ ਆਪਣੇ ਕਮਰ ਦਰਦ ਵਿੱਚ ਆਪਾਂ ਨੂੰ ਰਾਹਤ ਮਿਲਦੀ ਆ। ਇਹ ਸਾਰੀਆਂ ਚੀਜ਼ਾਂ ਨੂੰ ਚਾਹੇ ਤਾਂ ਤੁਸੀਂ ਥੋੜ੍ਹਾ ਜਿਹਾ ਘਿਓ ਪਾ ਕੇ ਭੁੰਨ ਲਓ, ਅਤੇ ਚਾਹੇ ਤੁਸੀਂ ਸੁੱਕਾ ਵੀ ਇਹਨਾਂ ਨੂੰ ਰੋਸਟ ਕਰਕੇ ਵੈਸੇ ਹੀ ਭੁੰਨ ਕੇ, ਅਤੇ ਇਹਨਾਂ ਨੂੰ ਤੁਸੀਂ ਪੀਸ ਲੈਣਾ ਵਾ ਗ੍ਰਾਈਂਡਰ ਵਿੱਚ, ਮਿਕਸੀ ਵਿੱਚ ਇਹਨੂੰ ਪੀਸ ਲੈਣਾ ਵਾ। ਅਤੇ ਇਹ ਸਾਰਾ ਸਮਾਨ ਆਪਾਂ ਜਿਹੜਾ ਵਾ ਪੰਜੀਰੀ ਵਿੱਚ ਰਲਾਉਣਾ ਵਾ। ਇਹ ਜਿਹੜਾ ਵਾ ਸਾਡੇ ਸਰੀਰ ਨੂੰ ਮਤਲਬ ਇੱਕਦਮ ਨਰੋਆ, ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਮਜ਼ਬੂਤੀ ਦਿੰਦਾ ਵਾ, ਪਰ ਇਹ ਆ ਕਿ ਬੱਚਿਆਂ ਨੂੰ ਖਾਣ ਲਈ ਨਹੀਂ ਦੇਣੀ, ਬਹੁਤ ਜ਼ਿਆਦਾ ਗਰਮ ਹੁੰਦਾ ਵਾ, ਅਤੇ ਇਸ ਲਈ ਬੱਚਿਆਂ ਨੂੰ ਇਹ ਜ਼ਿਆਦਾ ਆਪਾਂ ਕਿਤੇ ਚਮਚਾ ਖੰਡ ਖਵਾਉਣੀ ਹੈ ਤਾਂ ਖਵਾ ਸਕਦੇ ਹਾਂ, ਜ਼ਿਆਦਾ ਖਾਣ ਲਈ ਨਹੀਂ ਦੇਣੀ, ਕਿਉਂਕਿ ਬੱਚਿਆਂ ਨੂੰ ਫਿਰ ਬਾਥਰੂਮ ਵਗੈਰਾ ਲੱਗ ਕੇ ਆਉਣ ਦੀ ਜਾਂ ਮੈਦੇ 'ਚ ਗਰਮੀ ਪੈਣ ਦਾ ਉਹਨਾਂ ਦੇ ਡਰ ਰਹਿੰਦਾ ਵਾ। ਅਤੇ ਗਰਮੀਆਂ ਵਿੱਚ ਛੋਟੇ ਬੱਚਿਆਂ ਦੀ ਫਿਰ ਨਸੀਰ ਵੀ ਫੁੱਟਣ ਲੱਗ ਪੈਂਦੀ ਹੈ। ਉਹਨਾਂ ਲਈ ਹਲਕਾ ਫੁਲਕਾ ਜਿਵੇਂ ਬੇਸਣ ਵਗੈਰਾ, ਖਸਖਸ ਪਾ ਕੇ, ਇੱਦਾਂ ਦੀਆਂ ਚੀਜ਼ਾਂ ਆਪਾਂ ਸਰਦੀਆਂ 'ਚ ਉਹਨਾਂ ਲਈ ਬਣਾ ਸਕਦੇ ਹਾਂ। ਅਤੇ ਇਹ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਰੋਸਟ ਕਰਕੇ ਪੀਸ ਲੈਣੀਆਂ ਵਾ। ਸਭ ਤੋਂ ਪਹਿਲਾਂ ਮੈਂ ਨਾ ਮਖਾਣੇ ਜਿਹੜੇ ਸੀ ਇਹਨਾਂ ਨੂੰ ਰੋਸਟ ਕਰ ਰਹੀ ਹਾਂ। ਤੁਸੀਂ ਹਲਕਾ ਜਿਹਾ ਘਿਓ ਪਾ ਕੇ ਵੀ ਰੋਸਟ ਕਰ ਸਕਦੇ ਜੀ, ਅਤੇ ਬਿਨਾਂ ਘਿਓ ਤੋਂ ਵੀ ਇਹ ਰੋਸਟ ਬੜੇ ਵਧੀਆ ਆਸਾਨੀ ਨਾਲ ਹੋ ਜਾਂਦੇ ਆ। ਇਹਨਾਂ ਨੂੰ ਵੈਸੇ ਵੀ ਤੁਸੀਂ ਇਸ ਤਰ੍ਹਾਂ ਨਮਕ ਪਾ ਕੇ ਜਾਂ ਹਲਕਾ ਜਿਹਾ ਘਿਓ ਜਾਂ ਰਿਫਾਈਂਡ ਓਇਲ ਪਾ ਕੇ ਰੋਸਟ ਕਰਕੇ ਅਤੇ ਹਲਕਾ ਜਿਹਾ ਨਮਕ ਮਿਕਸ ਕਰਕੇ ਚਾਹ ਵਗੈਰਾ ਨਾਲ ਖਾ ਸਕਦੇ ਜੇ। ਬੜੇ ਵਧੀਆ ਸਨੈਕਸ ਵਗੈਰਾ ਜਿਵੇਂ ਹੁੰਦੇ ਆ ਨਾ, ਚਾਹ ਨਾਲ ਖਾਣ ਲਈ ਬਣ ਜਾਂਦੇ ਆ। ਆਹ ਦੇਖੋ ਠੂਠੀ ਜਿਹੜੀ ਆ ਉਹਨੂੰ ਮੈਂ ਕੀ ਸੀ ਮੂਲੀ ਕੰਡੇ ਦੇ ਨਾਲ ਬਿੱਲੀ ਕਸ਼ ਕਰ ਲਿਆ ਸੀ, ਅਤੇ ਆਹ ਵੇਖੋ ਮਖਾਣੇ ਜਿਹੜੇ ਆ ਰੋਸਟ ਹੋ ਗਿਆ। ਹੁਣ ਇਹਨਾਂ ਨੂੰ ਮੈਂ ਮਿਕਸੀ ਦੇ ਵਿੱਚ ਪਾ ਕੇ ਪੀਸ ਲਾਂਗੀ, ਅਤੇ ਇਸ ਤੋਂ ਬਾਅਦ ਜਿਹੜੇ ਮੈਂ ਚਾਰੇ ਤਰ੍ਹਾਂ ਦੇ ਮਗਜ਼ ਆ ਉਹਨਾਂ ਨੂੰ ਰੋਸਟ ਕਰਕੇ ਪੀਸ ਲਾਂਗੀ। ਇਹ ਸਾਰਾ ਸਮਾਨ ਤੁਸੀਂ ਚਾਹੋ ਤਾਂ ਮਤਲਬ ਇਹਨੂੰ ਇੱਕ ਵਾਰੀ ਰੋਸਟ ਕਰਕੇ ਨਾ ਘਿਓ 'ਚ ਜਾਂ ਬਿਨਾਂ ਘਿਓ ਤੋਂ ਥੋੜ੍ਹਾ ਜਿਹਾ ਰੋਸਟ ਕਰਕੇ ਭੁੰਨ ਕੇ ਸਬੂਤਾ ਵੀ ਪੰਜੀਰੀ ਵਿੱਚ ਰਲਾ ਸਕਦੇ ਜੀ। ਇਹ ਤੁਹਾਡੇ 'ਤੇ ਡਿਪੈਂਡ ਆ ਕਿ ਤੁਸੀਂ ਕਿਸ ਤਰ੍ਹਾਂ ਦਾ ਖਾਣਾ ਪਸੰਦ ਕਰਦੇ ਜੇ। ਸਾਬਤੀ ਵੀ ਇਹ ਪੰਜੀਰੀ ਵਿੱਚ ਪਿਆ ਖਾਣ ਵਿੱਚ ਬਹੁਤ ਟੇਸਟੀ ਲੱਗਦਾ ਵਾ, ਪਰ ਇਹ ਆ ਕਿ ਚਲੋ ਜਿਵੇਂ ਆਪਾਂ ਪੀਸ ਲੈਂਦੇ ਹਾਂ ਨਾ ਤਾਂ ਖਾਣ ਵਿੱਚ ਆਸਾਨੀ ਹੁੰਦੀ ਆ। ਕਈ ਵਾਰੀ ਜਿਵੇਂ ਆਪਾਂ ਬਜ਼ੁਰਗਾਂ ਨੂੰ ਵੀ ਖਾਣ ਲਈ ਦਿੰਦੇ ਹਾਂ ਅਤੇ ਸਾਰਾ ਕੁਝ ਪੀ ਕੇ ਆਪਾਂ ਮਿਕਸ ਕੀਤਾ ਹੋਊਗਾ ਅਤੇ ਉਹਨਾਂ ਨੂੰ ਵੀ ਖਾਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ, ਜਿਵੇਂ ਕਿ ਉਹਨਾਂ ਦੇ ਕਈ ਵਾਰੀ ਦੰਦ ਵਗੈਰਾ ਕਮਜ਼ੋਰ ਹੁੰਦੇ ਆ, ਹੈ ਨਾ। ਅਤੇ ਹੁਣ ਮੈਂ ਜਿਹੜੇ ਮਗਜ਼ ਸੀ ਉਹ ਵੀ ਜਿਹੜੇ ਆ ਉਹਨਾਂ ਨੂੰ ਰੋਸਟ ਕਰਕੇ ਪੀਸ ਲਿਆ ਵਾ। ਇਸ ਤੋਂ ਬਾਅਦ ਜਿਹੜੇ ਹੈਗੇ ਆ ਨਾ ਚਾਰੇ ਤਰ੍ਹਾਂ ਦੀਆਂ ਗੂੰਦਾਂ ਹੁੰਦੀਆਂ ਵਾ। ਤੁਸੀਂ ਜੇ ਪੰਸਾਰੀ ਦੀ ਦੁਕਾਨ 'ਤੇ ਜਾਓ ਅਤੇ ਪਹਿਲਾਂ ਤਾਂ ਵੈਸੇ ਹੀ ਆਪਾਂ ਉਹਨਾਂ ਨੂੰ ਕਹਿ ਦਈਏ ਨਾ ਪੰਜੀਰੀ ਦਾ ਸਮਾਨ ਚਾਹੀਦਾ, ਅਤੇ ਉੱਦਾਂ ਹੀ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਨਾ ਵੀ ਪਤਾ ਹੋਵੇ ਤਾਂ ਆਪਾਂ ਕੀ ਆ ਠੂਠੀ ਚਾਹੀਦੀ ਆ, ਚਾਰੇ ਤਰ੍ਹਾਂ ਦੀਆਂ ਗੂੰਦਾਂ ਚਾਹੀਦੀਆਂ, ਚਾਰੇ ਮਗਜ਼ ਚਾਹੀਦੇ ਆ, ਬਦਾਮ, ਕਾਜੂ, ਮਨੱਕੇ, ਸੌਗੇ। ਇਹ ਆਪਸ਼ਨਲ ਹੈਗੇ, ਤੁਸੀਂ ਆਪਣੀ ਇੱਛਾ ਦੇ ਅਨੁਸਾਰ ਪਾ ਸਕਦੇ ਜੇ। ਫੁੱਲ ਮਖਾਣੇ ਚਾਹੀਦੇ ਆ ਅਤੇ ਕਮਰਕਸ ਚਾਹੀਦੇ ਆ, ਠੀਕ ਹੈ। ਇਹ ਸਾਰਾ ਸਮਾਨ ਹੁੰਦਾ ਵਾ ਪੰਜੀਰੀ ਦੇ ਵਿੱਚ ਪਾਉਣ ਲਈ। ਇਸ ਤੋਂ ਮੇਨ ਇਨਗਰੀਡੀਐਂਟ ਹੋਰ ਜਿਹੜੇ ਦੋ ਹੈਗੇ ਆ ਉਹ ਹੈਗਾ ਵਾ ਆਟਾ ਅਤੇ ਘਿਓ ਦੇਸੀ, ਠੀਕ ਹੈ। ਹੁਣ ਇਹ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਕਿੰਨੀ ਚੀਜ਼ ਬਣਾਉਣਾ ਚਾਹੁੰਦੇ ਜੇ। ਵੈਸੇ 1.5-2 ਕਿਲੋ ਆਟਾ ਜਿਹੜਾ ਨਾ ਉਹ ਕਿਲੋ ਕੁ ਘਿਓ ਦੇ ਵਿੱਚ ਜਿਹੜਾ ਵਾ ਭੁੱਜ ਜਾਂਦਾ ਵਾ। ਇਹਦੇ 'ਚ ਆਪਾਂ ਬਹੁਤ ਜ਼ਿਆਦਾ ਘਿਓ ਨਹੀਂ ਪਾਉਂਦੇ ਕਿ ਘਿਓ ਉੱਤੇ ਹੀ ਤਰਦਾ ਫਿਰੇ, ਫਿਰ ਪੰਜੀਰੀ ਖਾਣ ਵਿੱਚ ਟੇਸਟੀ ਨਹੀਂ ਲੱਗਦੀ। ਇਸ ਪੰਜੀਰੀ ਨੂੰ ਨਾ ਬੜਾ
ਜਿਹੜਾ ਵਾ ਆਪਾਂ ਹਿਸਾਬ ਹਿਸਾਬ ਦੇ ਘਿਓ ਵਿੱਚ ਬਣਾਉਣਾ ਵਾ। 1.5 ਕਿਲੋ ਆਟੇ ਵਾਸਤੇ ਤੁਸੀਂ 1 ਕਿਲੋ ਘਿਓ ਲਾ ਲਓ ਅਤੇ ਇਹਨੂੰ ਭੁੰਨ ਭੁੰਨ ਕੇ ਜਦੋਂ ਭੁੱਜ ਜਾਂਦਾ ਨਾ ਫਿਰ ਘਿਓ ਵੀ ਜਿਹੜਾ ਆਟਾ ਉਹ ਰਿਲੀਜ਼ ਕਰ ਦਿੰਦਾ, ਯਾਨੀ ਕਿ ਛੱਡ ਦਿੰਦਾ ਵਾ। ਹੁਣ ਆਪਾਂ ਸਾਰਾ ਸਮਾਨ ਇਹ ਪੀਸ ਲੈਣਾ ਵਾ ਅਤੇ ਖੰਡ ਜਿਹੜੀ ਆ ਤੁਸੀਂ ਇਹਦੇ 'ਚ ਸਾਬਤੀ ਵੀ ਰਲਾ ਸਕਦੇ ਜੇ ਅਤੇ ਪੀਸ ਕੇ ਵੀ ਰਲਾ ਸਕਦੇ ਜੇ। ਇਹ ਸਾਰਾ ਤੁਹਾਡੀ ਇੱਛਾ ਦੇ ਅਨੁਸਾਰ ਆ। ਇਹਦੇ ਵਿੱਚ ਤੁਸੀਂ ਗੁੜ ਵੀ ਮਿਕਸ ਕਰ ਸਕਦੇ ਜੇ ਪੀਸ ਕੇ। ਅਤੇ ਬਾਕੀ ਜੇਕਰ ਤੁਸੀਂ ਬਿਲਕੁਲ ਇਹਨੂੰ ਬਹੁਤ ਜ਼ਿਆਦਾ ਹੈਲਦੀ ਬਣਾਉਣਾ ਚਾਹੁੰਦੇ ਜੀ ਅਤੇ ਖਜੂਰਾਂ ਜਿਹੜੀਆਂ ਹੁੰਦੀਆਂ ਵਾ ਨਾ, ਜਿਵੇਂ ਆਪਾਂ 1.5 ਕਿਲੋ ਆਟਾ ਵਾ ਅਤੇ ਤੁਸੀਂ 1 ਕਿਲੋ ਹੀ ਖਜੂਰਾਂ ਲੈਣੀਆਂ, ਖਜੂਰਾਂ ਦੇ ਵਿੱਚੋਂ ਗਿਟਕਾਂ ਕੱਢ ਲੈਣੀਆਂ ਵਾ ਅਤੇ ਫਿਰ ਉਹਨਾਂ ਨੂੰ ਰੋਸਟ ਕਰਕੇ ਉਹਨਾਂ ਨੂੰ ਤੁਸੀਂ ਮਿਕਸੀ ਦੇ ਵਿੱਚ ਪੀਸ ਲੈਣਾ ਵਾ ਅਤੇ ਉਹ ਪੰਜੀਰੀ ਦੇ ਵਿੱਚ ਮਿਕਸ ਕਰ ਸਕਦੇ ਜੀ। ਇਹ ਸਾਰੇ 3 ਆਪਸ਼ਨਾਂ ਤੁਹਾਨੂੰ ਦਿੱਤੀਆਂ ਵਾ, ਇਹ ਤੁਸੀਂ ਆਪਣੀ ਮਰਜ਼ੀ ਵੇਖ ਲੈਣੀ ਆ, ਪਰ ਮੈਂ ਇਹਦੇ ਵਿੱਚ ਖੰਡ ਲਾ ਰਹੀ ਹਾਂ ਕਿਉਂਕਿ ਸਾਨੂੰ ਜਿਹੜੀ ਆ ਖੰਡ ਵਾਲੀ ਪਨੀਰੀ ਸੀ ਉਹ ਟੇਸਟੀ ਲੱਗਦੀ ਆ। ਅੱਜ ਕੱਲ੍ਹ ਇਹ ਵੀ ਆਪਾਂ ਟੇਸਟ ਨੂੰ ਪਹਿਲ ਦਿੰਦੇ ਹਾਂ, ਪਰ ਦੇਖੋ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਆਪਾਂ ਬਹੁਤ ਵਧੀਆ ਪਾਈਆਂ ਵਾ। ਖੰਡ ਜ਼ਰੂਰ ਆਪਾਂ ਇਹਦੇ ਵਿੱਚ ਜਿਹਨੂੰ ਆਪਾਂ ਕਹਿ ਦਿੰਦੇ ਕਿ ਇੱਕ ਮਾੜੀ ਚੀਜ਼ ਸਮਝੀ ਜਾਂਦੀ ਆ, ਪਰ ਹੁਣ ਇਹ ਥੋੜ੍ਹਾ ਬਹੁਤ ਆਪਾਂ ਟੇਸਟ ਦੇਖ ਲੈਂਦੇ ਹਾਂ। ਦੂਸਰੀ ਗੱਲ ਇਹ ਕਿ ਮੈਨੂੰ ਨਾ ਯਾਦ ਵੀ ਨਹੀਂ ਸੀ ਰਿਹਾ ਖਜੂਰਾਂ ਮੰਗਾਉਣ ਦਾ, ਇੱਕ ਕਮਰਕਸ, 2 ਚੀਜ਼ਾਂ। ਕਮਰਕਸ ਵੀ ਜ਼ਰੂਰ ਪਾਉਣੀ ਆ ਪੰਜੀਰੀ ਦੇ ਵਿੱਚ, ਅਤੇ ਖਜੂਰਾਂ ਮੰਗਾਉਣ ਦਾ ਵੀ ਮੈਨੂੰ ਚੇਤਾ ਨਹੀਂ ਸੀ ਰਿਹਾ। ਮੈਨੂੰ ਯਾਦ ਹੁੰਦਾ ਤਾਂ ਮੈਂ ਖਜੂਰਾਂ ਵੀ ਵਿੱਚ ਚੀਨੀ ਦੀ ਜਗ੍ਹਾ ਖਜੂਰਾਂ ਹੀ ਮਿਕਸ ਕਰ ਦੇਣੀਆਂ ਸੀ। ਪਰ ਇਹਨੂੰ ਤੁਸੀਂ ਜਦੋਂ ਖਾਣਾ ਵਾ ਨਾ, ਇਹ ਨਹੀਂ ਕਿ ਵੱਡਾ ਸਾਰਾ ਪਿਆਲਾ ਭਰ ਕੇ ਖਾਣਾ ਹਾਂ, ਜਿਵੇਂ ਮਤਲਬ ਬੱਚਾ ਬੱਚੀ ਪੈਦਾ ਹੋਏ ਆ ਅਤੇ ਉਸ ਲੇਡੀ ਨੂੰ ਤੁਸੀਂ ਜਿਹੜਾ ਵਾ ਉਹ ਤੁਸੀਂ ਦੇ ਸਕਦੇ ਜੇ ਇੱਕ ਟਾਈਮ 50 ਕੁ ਗ੍ਰਾਮ ਉਹਨੂੰ ਖਾਣ ਵਾਸਤੇ, ਜਾਂ 50 ਤੋਂ 100 ਗ੍ਰਾਮ ਦੇ ਵਿੱਚ ਵੀ ਆਪਾਂ ਲਾ ਲਈਏ ਅਤੇ ਉਹਨੂੰ ਦੇ ਸਕਦੇ ਹਾਂ। ਪਰ ਜਿਵੇਂ ਆਪਾਂ ਨੋਰਮਲ ਆ ਨਾ, ਇਹ ਨਹੀਂ ਵੀ ਉੱਠੇ ਅਤੇ ਚਾਹ ਨਾਲ ਕੌਲੀ ਭਰ ਕੇ ਖਾ ਲਈ। ਇਹਦੇ 'ਚ ਜਿੰਨਾ ਗਰਮ ਸਮਾਨ ਪਾਇਆ ਨਾ, ਜੇ ਆਪਾਂ ਇਹਨੂੰ ਥੋੜ੍ਹੀ ਮਾਤਰਾ ਵਿੱਚ ਖਾਵਾਂਗੇ ਤਾਂ ਉਹ ਸਰੀਰ ਲਈ ਲਾਹੇਵੰਦ ਦਵਾਈ ਦੇ ਰੂਪ ਵਿੱਚ ਕੰਮ ਕਰਦਾ ਵਾ। ਪਰ ਜੇ ਆਪਾਂ ਕੌਲੇ ਭਰ ਭਰ ਕੇ ਖਾਣੇ ਸ਼ੁਰੂ ਕਰਤੇ ਤਾਂ ਉਹ ਫਿਰ ਆਪਣੇ ਸਰੀਰ ਲਈ ਮਾੜੀ ਚੀਜ਼ ਹੈਗੀ ਆ, ਉਹਦੇ ਨਾਲ ਆਪਣੇ ਅੰਦਰ ਮੈਦੇ ਵਿੱਚ ਗਰਮੀ ਪੈ ਜਾਏਗੀ। ਅਤੇ ਸਾਰਾ ਸਮਾਨ ਜਿਹੜਾ ਸੀ ਮੈਂ ਉਹ ਆਟਾ ਵੀ ਭੁੰਨ ਲਿਆ ਵਾ ਘਿਓ ਦੇ ਵਿੱਚ, ਬਾਕੀ ਸਾਰਾ ਸਮਾਨ ਜਿਹੜਾ ਸੀ ਉਹਨੂੰ ਵੀ ਪੀਸ ਲਿਆ ਵਾ, ਖੰਡ ਵੀ ਪੀਸ ਲਈ ਆ। ਅਤੇ ਸਾਰੇ ਸਮਾਨ ਨੂੰ ਹੁਣ ਮੈਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਵਾ ਅਤੇ ਫਿਰ ਨਾ ਇਹਨੂੰ ਮੈਂ ਥੋੜ੍ਹਾ ਠੰਡਾ ਕਰ ਲੈਣਾ। ਇਹਦੇ ਉੱਪਰ ਪੱਖਾ ਚਲਾ ਦਿੱਤਾ ਸੀ, ਪੌਣਾ ਦੇ ਦਿੱਤਾ ਸੀ ਉੱਪਰ, ਪੱਖਾ ਚਲਾ ਕੇ ਇਹਨੂੰ ਠੰਡਾ ਕਰ ਲੈਣਾ ਕਿਉਂਕਿ ਕਿਸੇ ਵੀ ਬਰਤਨ ਵਿੱਚ ਤੁਸੀਂ ਇਹਨੂੰ ਨਾ ਗਰਮ ਗਰਮ ਨਹੀਂ ਪਾ ਦੇਣਾ। ਦੇਖੋ ਮੈਂ ਆਹ ਖੰਡ ਲਾਈ ਆ ਹੁਣ ਇਹਦੇ ਵਿੱਚ ਲਾਸਟ 'ਤੇ, ਖੰਡ ਮੈਂ ਪੀਸ ਲਈ ਸੀ ਕਿਉਂਕਿ ਜੇ ਆਪਾਂ ਕਿਸੇ ਬਰਤਨ ਦੇ ਵਿੱਚ ਇਹਨੂੰ ਗਰਮ ਗਰਮ ਪੰਜੀਰੀ ਨੂੰ ਪਾ ਦਾਂਗੇ ਨਾ ਮਿਕਸ ਕਰਕੇ ਅਤੇ ਉਹ ਬਰਤਨ ਦੇ ਵਿੱਚ ਸਟੀਮ ਦੇ ਨਾਲ ਇਹਦੇ 'ਚ ਪਾਣੀ ਪਾਣੀ ਬਣ ਜਾਣਾ, ਪੰਜੀਰੀ ਆਪਣੀ ਫਿਰ ਖਰਾਬ ਹੋ ਜਾਣੀ, ਹੁਬਕ ਜਿਹੀ ਹੋਣ ਲੱਗ ਪੈਣੀਆਂ। ਇਹਨੂੰ ਤੁਸੀਂ ਬਿਲਕੁਲ ਠੰਡਾ ਕਰ ਲੈਣਾ ਵਾ ਅਤੇ ਫਿਰ ਤੁਸੀਂ ਕਿਸੇ ਡੱਬੇ 'ਚ ਪਾਉਣਾ, ਅਤੇ ਕੋਸ਼ਿਸ਼ ਕਰੋ ਕਿ ਡੱਬਾ ਸਟੀਲ ਦਾ ਜਾਂ ਕੱਚ ਦਾ ਹੋਵੇ ਅਤੇ ਕਿਸੇ ਤੁਸੀਂ ਪਲਾਸਟਿਕ ਦੇ ਬਰਤਨ ਵਿੱਚ ਨਹੀਂ ਇਹਨੂੰ ਪਾਉਣਾ। ਸਰ ਵੀ ਆ ਗਏ ਸੀ, ਇਹਨਾਂ ਨੇ ਕਹੀ ਸੀ ਕਿ ਪੰਜੀਰੀ ਦੇ ਵਿੱਚ ਜਿਹੜੇ ਆਪਾਂ ਮਣੱਕੇ ਮਣੁੱਕੇ ਸੀ ਨਾ ਉਹ ਥੋੜ੍ਹਾ ਗਿੱਲੇ ਗਿੱਲੇ ਹੁੰਦੇ ਆ ਅਤੇ ਉਹਦੀਆਂ ਗੰਢਾਂ ਜਿਹੀਆਂ ਬੱਜ ਗਈਆਂ ਸੀ, ਅਤੇ ਕਹਿੰਦੇ ਲਓ ਮੈਂ ਬੈਠਾ ਬੈਠਾ ਇਹਨੂੰ ਨਾ ਮਤਲਬ ਬਿਲਕੁਲ ਰਲਾ ਦਿੰਦਾ, ਮਿਕਸ ਕਰ ਦਿੰਦਾ ਵਾ। ਅਤੇ ਉਹਨਾਂ ਨੇ ਫਿਰ ਸਾਰਾ ਇਹਨੂੰ ਵਧੀਆ ਤਰੀਕੇ ਨਾਲ ਨਾ ਬਿਲਕੁਲ ਸਾਰੀਆਂ ਜੋ ਵੀ ਇਹਦੇ 'ਚ ਗੰਢਾਂ ਗੁੰਢਾਂ ਵੱਜੀਆਂ ਸੀ ਡਰਾਈ ਫਰੂਟ ਦੀਆਂ ਉਹ ਮਿਕਸ ਕਰ ਦਿੱਤੀਆਂ ਸੀ। ਅਤੇ ਮੈਂ ਜਦੋਂ ਬਿਲਕੁਲ ਠੰਡੀ ਹੋ ਗਈ ਸੀ, ਰਾਤ 11 ਵਜੇ ਦੀ ਗੱਲ ਆ, ਅਤੇ ਫਿਰ ਮੈਨੂੰ ਡੱਬੇ 'ਚ ਭਰ ਕੇ ਅਤੇ ਰੱਖ ਲਿਆ ਸੀ। ਤੁਹਾਨੂੰ ਸਾਡੀ ਪੰਜੀਰੀ ਦੀ ਰੈਸਪੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਲੱਗੀ ਆ? ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਕਰਨਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਪਰਮਾਤਮਾ ਤੁਹਾਨੂੰ ਖੁਸ਼ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਹੱਸਦੇ ਵਸਦੇ ਰਹੋ। ਅਤੇ ਪੰਜੀਰੀਆਂ, ਅਲਸੀ, ਬੇਸਣ, ਖੋਆ ਇਹੋ ਜਿਹੀਆਂ ਚੀਜ਼ਾਂ ਸਿਆਲ ਵਿੱਚ ਬਣਾ ਬਣਾ ਕੇ ਖਾਂਦੇ ਰਹੋ।
ਅਤੇ ਆਪਣੇ ਪਰਿਵਾਰ ਨੂੰ ਖਵਾਉਂਦੇ ਰਹੋ ਅਤੇ ਆਪਣੇ ਪਰਿਵਾਰ ਦੀ ਸੋਹਣੀ ਸਿਹਤ ਦਾ ਧਿਆਨ ਰੱਖੋ ਜੀ। ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਰੱਬ ਰਾਖਾ ਜੀ।